ਵੀ ਕਿੱਥੇ ਕੰਮ ਕਰਦੇ ਤੁਸੀਂ ਮੇਰੀ ਭਾਈ ਸ਼ਾਪ ਹੈਗੀ ਹੈ ਸਕੂਟਰਾਂ ਦੀ ਇਹ ਜਦੋਂ ਇਹ ਵਾਕਿਆ ਹੋਇਆ ਸੀ ਤੇ ਕਿੱਦਾਂ ਹੋਇਆ ਸੀ ਕੀ ਕਾਰਨ ਹੋਇਆ ਸੀ ਹੋਇਆ ਕੀ ਹੈ ਪੁਰਾ ਇਹ ਭਾਈ ਘੋੜਾ ਗੱਡੀ ਇਧਰੋਂ ਆ ਰਹੀ ਸੀ ਘੋੜੇ ਵਾਲਾ ਤੇ ਨਾਲ ਇਧਰੋਂ ਕੁੱਤਾ ਵੀ ਨਾਲ ਨਾਲ ਆਇਆ ਖੁੱਲਾ ਸੀ ਉਹ ਕੁੱਤਾ ਪਿੱਟਬੁਲ ਖੁੱਲਾ ਸੀ ਜੀ ਤੇ ਉਹ ਇੱਥੇ ਆ ਕੇ ਮੇਰੀ ਦੁਕਾਨ ਅੱਗੇ ਫੜ ਲਿਆ ਅੱਗੇ ਆ ਕੇ ਉਹ ਘੜੀਸ ਕੇ ਉੱਧਰ ਲੈ ਗਿਆ ਘੋੜੇ ਨੂੰ ਲੱਤਾਂ ਨੂੰ ਪੈ ਗਏ ਉਹ ਛੱਡੇ ਹੀ ਨਾ ਮੈਂ ਪਾਣੀ ਵੀ ਪਾਇਆ ਇੱਟਾਂ ਉੱਟਾਂ ਵੀ ਮਾਰੀਆਂ ਤਾਂ ਵੀ ਨਹੀਂ ਛੱਡਿਆ ਜੀ ਉਹਨੇ ਤੇ ਉਸ ਤੋਂ ਬਾਅਦ ਲੋਕ ਹੋਰ ਲੋਕ ਆ ਗਏ ਡੰਡੇ ਡੁੰਡੇ ਲੈ ਗਏ ਮੋਟੇ ਮੋਟੇ ਜੇ ਕਾਫੀ ਮਾਰਿਆ ਉਹਨਾਂ ਨੇ ਤਾਂ ਵੀ ਨਹੀਂ ਛੱਡਿਆ ਜੀ ਥੋੜ੍ਹਾ ਜਿਹਾ ਢਿੱਲਾ ਪੈ ਗਿਆ ਕੁੱਤਾ ਉਹਨੂੰ ਮਾਰ ਮਾਰਿਆ ਥੋੜ੍ਹਾ ਢਿੱਲਾ ਪਿਆ ਫਿਰ ਦੁਬਾਰਾ ਫਿਰ ਫੜ ਲਿਆ ਉਹਨਾਂ ਨੇ ਫਿਰ ਲੋਕ ਹੋਰ ਆਏ ਮੋਟੇ ਮੋਟੇ ਡੰਡੇ ਲੈ ਕੇ ਫਿਰ ਉਹ ਮਾਰਿਆ ਪਿੱਛੋਂ ਦੀ ਫਿਰ ਛੱਡ ਕੇ ਭੱਜ ਗਿਆ ਜੀ ਅੱਛਾ ਕੀ ਗੱਲ ਵੀ ਉਹਦੇ ਲੋਕ ਹੀ ਇੱਦਾਂ ਦੇ ਨੇ ਕੁੱਤੇ ਦੇ ਵੀ ਜਿਹੜਾ ਲੋਕ ਕਰ ਲੈਂਦਾ ਵੀ ਉਹ ਛੱਡਦਾ ਨਹੀਂ ਹੈ ਉਹ ਲੋਕ ਹੀ ਉਦਾਂ ਲੈਂਦੇ ਨਾ ਜੀ ਉਹ ਦੰਦ ਉਹਦੇ ਦੰਦ ਹੀ ਐਵੇਂ ਨਹੀਂ ਉਹ ਛੱਡਦਾ ਹੀ ਨਹੀਂ ਲੋਕ ਲੱਗ ਜਾਂਦਾ ਜਿਵੇਂ ਕੁੱਤਾ ਬੈਨ ਆਏ ਫਿਰ ਵੀ ਲੋਕੀ ਰੱਖਦੇ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਨੇ ਮੇਰਾ ਇਹ ਕੁੱਤਾ ਇਹਨੂੰ ਜਾਂ ਗੋਲੀ ਮਾਰ ਦੇਣੀ ਚਾਹੀਦੀ ਉਸ ਵੇਲੇ ਹੀ ਜਾਂ ਹੋਰ ਲੋਕਾਂ ਨੂੰ ਵੀ ਫੜੂਗਾ ਜੀ ਬੱਚਾ ਬੁੱਚਾ ਕੋਈ ਬੱਚਾ ਹੁੰਦਾ ਹੋਵੇ ਉਹਨੂੰ ਫੜ ਲੈਂਦਾ ਫਿਰ ਹੀ ਕਰਦੇ ਜੀ ਫਿਰ ਕਿਵੇਂ ਛਡਾਉਣਾ ਜੀ ਆਪਾਂ ਲੱਗਦਾ ਜਿਹੜੇ ਕੁੱਤੇ ਇਹ ਕੁੱਤਾ ਪਿੱਟਬੁਲ ਵਗੈਰਾ ਰੱਖਦੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਉਹਦਾ ਮਾਲਕ ਕਿੱਥੇ ਲੈ ਗਿਆ ਘਰੇ ਲੈ ਗਿਆ ਕਿੱਥੇ ਲੈ ਗਿਆ ਨਹੀਂ ਕਾ ਉਹ ਮਾਲਕ ਨਹੀਂ ਤਾਂ ਹੈਗਾ ਉਹ ਹੈ ਕੁੱਤਾ ਇਕੱਲੇ ਛੱਡਿਆ ਸੀ ਕਿਸੇ ਨੇ ਜੀ ਨਹੀਂ ਨਹੀਂ ਜਿਹੜਾ ਘੋੜੇ ਦਾ ਮਾਲਕ ਹੈ ਹਾਂ ਹਾਂ ਘੋੜਾ ਕਿੱਥੇ ਘੋੜਾ ਮਾਰਾ ਸੀ ਕਿੱਦਾਂ ਸੀ ਘੋੜਾ ਦਾ ਨਾਲ ਘੋੜਾ ਗੱਡੀ ਨਾਲ ਉਹ ਮਾਲ ਮੂਲ ਲੱਗਿਆ ਸੀ ਉੱਥੇ ਹਾਂਜੀ ਹੁਣ ਕਿੱਥੇ ਲੈ ਗਏ ਘੋੜੇ ਨੂੰ ਹਸਪਤਾਲ ਲੈ ਗਏ ਘੋੜੇ ਨੂੰ ਹਸਪਤਾਲ ਲੈ ਗਏ ਜੀ ਹੁਣ ਤੇ ਪੁਲਿਸ ਵੀ ਆਈ ਹੈ ਮੌਕੇ ਤੇ ਉਸ ਪੁਲਿਸ ਤਾਂ ਆਈ ਸੀ ਮੌਕੇ ਤੇ ਰਿਪੋਰਟ ਲਿਖਾਈ ਹੋਣੀ ਹੈ ਜੀ ਅੱਛਾ ਇਹ ਗਾਲੀ ਚੌਂਕੀ ਦੇ ਵਿੱਚ ਕੰਪਲੇਂਟ ਹੈ ਹਾਂਜੀ ਇੱਧਰ ਹੀ ਹੈ ਜੀ ਠੀਕ ਹੈ ਚਣਕਪੁਰੀ ਕਿਹੜਾ ਇਹ ਏਰੀਆ ਜਿਹੜਾ ਪੈਂਦਾ ਇਹ ਇੰਡਸਟਰੀ ਏਰੀਆ 181 ਨੰਬਰ 181 ਨੰਬਰ ਇੰਡਸਟਰੀ ਏਰੀਆ ਹੈ ਹਾਂਜੀ ਤੇ ਉਹ ਕੁੱਤੇ ਦਾ ਮਾਲਕ ਫਰਾਰ ਹੋ ਗਿਆ ਕਿਤੇ ਆ ਉਹਦੇ ਬਾਰੇ ਕੋਈ ਨੌਲੇਜ ਨਹੀਂ ਭਾਜੀ ਮੈਨੂੰ ਮੈਂ ਉਧਰੋਂ ਕੁੱਤਾ ਆਉਂਦਾ ਦੇਖਿਆ ਇੱਥੇ ਆ ਕੇ ਫੜ ਲਿਆ ਕੁੱਤੇ ਨੇ ਘੋੜੇ ਨੂੰ ਉਸ ਕੁੱਤੇ ਨੂੰ ਪਹਿਲਾਂ ਵੀ ਤੁਸੀਂ ਮਹੱਲੇ 'ਚ ਦੇਖਿਆ ਮੈਂ 2-3 ਵਾਰ ਪਹਿਲਾਂ ਵੀ ਦੇਖਿਆ ਜੀ ਮਾਲਕ ਨਾਲ ਹੁੰਦਾ ਮਾਲਕ ਨਹੀਂ ਹੁੰਦਾ ਜੀ ਨਾਲ ਤੇ ਲੋਕ ਛੱਡ ਦਿੰਦੇ ਨੇ ਹਾਂਜੀ ਹਾਂਜੀ ਠੀਕ ਹੈ ਕਿਹੜਾ ਚੌਂਕ ਹੈ ਜੀ ਇਹ ਸੋਫੀਆ ਚੌਂਕ ਸੋਫੀਆ ਚੌਂਕ ਇਹ ਜਿਹੜਾ ਕੁੱਤੇ ਦਾ ਵਾਕਿਆ ਕਿੰਨੇ ਵਜੇ ਹੋਇਆ ਸਰ ਪਤਾ ਨਹੀਂ ਵੀਰੇ ਮੇਰੀ ਡਿਊਟੀ 10 ਵਜੇ ਸੀ ਉਸ ਤੋਂ ਪਹਿਲਾਂ ਅੱਛਾ ਤੇ ਹੋਏ ਕੋਕੋੜਾ ਕਾਫੀ ਜ਼ਖਮੀ ਹੋਇਆ ਹੋਇਆ ਹਾਂ ਉਹ ਇੱਥੇ ਜ਼ਖਮੀ ਪਿਆ ਜੀ ਮੇਰਾ ਨਾਮ ਬੰਟੀ ਕੁਮਾਰ ਬੰਟੀ ਕੀ ਵਾਕਿਆ ਕੀ ਹੋਇਆ ਜੀ ਉਹ ਘੋੜੀ ਇਧਰੋਂ ਆ ਰਿਹਾ ਸੀ ਆ ਕੁੱਤਾ ਇਧਰੋਂ ਖੁੱਲਾ ਆ ਰਿਹਾ ਸੀ ਕਿਹੜਾ ਕੁੱਤਾ ਸੀ ਉਹ ਫੁੱਟਬਾਲ ਕੁੱਤਾ ਸੀ ਫੁੱਟਬਾਲ ਕੁੱਤਾ ਸੀ ਇਹ ਗਲੀ ਦਾ ਉਹ ਇਧਰੋਂ ਆ ਰਿਹਾ ਸੀ ਇਧਰੋਂ ਉਹਨੂੰ ਫੜ ਲਿੱਤਾ ਉਹ ਫੜ ਲਿੱਤਾ ਤੇ ਕੋਈ ਛੜਾਵੇ ਜੇ ਛੱਡਦਾ ਹੀ ਨਹੀਂ ਉਹ ਮਗਰ ਛੱਡਦਾ ਹੀ ਨਹੀਂ ਇੱਟਾਂ ਮਾਰਿਆ ਡੰਡਾ ਮਾਰਿਆ ਉਹਨਾਂ ਨੇ ਹਟਦਾ ਹੀ ਨਹੀਂ ਕੁੱਤਾ ਅੱਛਾ ਉਹ ਹਟਦਾ ਹੀ ਨਹੀਂ ਫਿਰ ਕੀ ਹੋਇਆ ਫਿਰ ਪਾਣੀ ਸੱਟਿਆ ਨਾ ਦੁਕਾਨ ਵਾਲੇ ਨੂੰ ਫਿਰ ਵੀ ਨਹੀਂ ਹਟਿਆ ਨੱਕਾ ਹੀ ਪਾਣੀ ਪਾਇਆ ਆਹੋ ਨੱਕੇ ਤੇ ਪਾਣੀ ਪਾਇਆ ਸੀ ਫਿਰ ਵੀ ਨਹੀਂ ਹਟਿਆ ਨਹੀਂ ਫਿਰ ਵੀ ਨਹੀਂ ਹਟਿਆ ਕਿੰਨੇ ਕੁ ਲੋਕ ਸੀ ਜਿਹੜੇ ਉਹਦੇ ਦੇ ਕੁੱਤੇ ਦੇ ਹਮਲਾ ਕੀਤਾ ਸੀ ਹਮਲਾ ਦੇ ਕੁੱਤੇ ਦੇ ਇੱਕ ਹੀ ਕੁੱਤਾ ਸੀ ਨਹੀਂ ਨਹੀਂ ਕਿੰਨੇ ਕੁ ਲੋਕਾਂ ਨੇ ਬਚਾਇਆ ਮਿਲ ਕੇ ਬਚਾਇਆ ਤੇ ਘੱਟੋ ਘੱਟ 10-15 ਲੋਕਾਂ ਨੇ ਕੋਈ ਇੱਟਾਂ ਮਾਰ ਨਹੀਂ ਫਿਰ ਵੀ ਨਹੀਂ ਹਟ ਰਿਹਾ ਸੀ ਕੋਈ ਇੱਟਾਂ ਮਾਰ ਰਿਹਾ ਸੀ ਕੋਈ ਸੋਟੀ ਮਾਰ ਰਿਹਾ ਸੀ ਕੋਈ ਡੰਡਾ ਮਾਰ ਰਿਹਾ ਸੀ ਕਿੰਨੇ ਦੇਰ ਤੱਕ ਇਹ 9 ਵਜੇ ਦਾ ਸਵੇਰੇ ਗੱਲ ਕਿੰਨੇ ਦੇਰ ਤੱਕ ਕੁੱਤੇ ਨੂੰ ਉਹਨੇ ਦਬੋਚਿਆ ਇਹਨੇ 1.5 ਘੰਟਾ 1 ਘੰਟਾ ਦਬੋਚਿਆ ਅੱਛਾ 1.5 ਘੰਟਾ ਪੂਰਾ ਹੀ ਕੁੱਤੇ ਨੇ ਛੱਡਿਆ ਨਹੀਂ ਛੱਡਿਆ ਕੁੱਤੇ ਨੇ ਤੇ ਅਗਰ ਜੇ ਉਹਦੀ ਜਗ੍ਹਾ ਬੰਦਾ ਹੁੰਦਾ ਤੇ ਬੰਦੇ ਨੂੰ ਮਾਰ ਹੀ ਲੈਣਾ ਆਹੋ ਬੰਦੇ ਨੂੰ ਖਾ ਜਾਂਦਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਬਈ ਜਿਹੜੇ ਕੁੱਤੇ ਪਾਲਦੇ ਉਹਨਾਂ ਤੇ ਕੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੇ ਕਾਰਵਾਈ ਹੋਣਾ ਚਾਹੀਦਾ ਕੀ ਉਹਨਾਂ ਨੂੰ ਜੇਲ੍ਹ ਹੋਣਾ ਚਾਹੀਦਾ ਕੁੱਤੇ ਦਾ ਕੁੱਤਾ ਕਿਉਂ ਰੱਖਿਆ ਆ ਠੀਕ ਹੈ ਜੀ ਇਹ ਤੇ ਇਨਸਾਨ ਇਹ ਤੇ ਜਾਨਵਰ ਸੀ ਇਨਸਾਨ ਨੂੰ ਹੁੰਦਾ ਤੇ ਕੀ ਹੁੰਦਾ ਨਹੀਂ